ਜ਼ਿਲ੍ਹਾ ਮੋਗਾ ਦੇ ਪਿੰਡ ਕੋਕਰੀ ਕਲਾਂ ਵਿੱਚ ਇੱਕ ਪੁੱਤ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਹੈ। ਇਹ ਕਤਲ ਪੁੱਤ ਨੇ ਆਪਣੀ ਮਾਂ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਕੀਤਾ ਹੈ। ਪੁਲਿਸ ਨੇ ਮ੍ਰਿਤਕਾ ਦੇ ਪਤੀ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਕੋਕਰੀ ਕਲਾਂ ਦੀ ਇੰਦਰਜੀਤ ਕੌਰ ਉਰਫ ਰਾਣੀ ਦਾ ਕਥਿਤ ਤੌਰ ਤੇ ਪਿੰਡ ਦੇ ਹੀ ਇੱਕ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ। ਇਹਨਾਂ ਸਬੰਧਾਂ ਨੂੰ ਲੈ ਕੇ ਮ੍ਰਿਤਕਾ ਦਾ ਸ਼ਾਦੀਸ਼ੁਦਾ ਪੁੱਤਰ ਰਾਜਵੀਰ ਅਕਸਰ ਪਰੇਸ਼ਾਨ ਰਹਿੰਦਾ ਸੀ। ਉਸਨੇ ਆਪਣੀ ਮਾਂ ਨੂੰ ਕਈ ਵਾਰ ਇਸ ਕੰਮ ਤੋਂ ਰੋਕਿਆ, ਪਰ ਆਖਿਰ ਉਸਨੇ ਬਦਨਾਮੀ ਤੋਂ ਪਰੇਸ਼ਾਨ ਹੋ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ। पुलिस हुण राजवीर सिंह की भाल कर रही है। अच्छा जी, इन्हों तो असी जानकारी ले आए कहते भी औरत के गलत संबंध सके, तो लड़के ने तड़क खा के अपनी माँ का गला घुट के हत्या कर दी है। असं तो यही चाहते हाँ भी चलो मुंडा बच जाए तो मुंडे से कोई एक्शन ना आए। अपने बच्चा जी लड़के ने तुम अगे हम कार्रवाई कर रहे हो? बस कुछ नहीं कार्रवाई की। खबरां दी दुनिया विच आओ, साडे नाल कदे वी ते कितों वी जुड़ो। आपां मिलांगे फेसबुक ते, असी दिखांगे यूट्यूब ते, सानू फॉलो करो ट्विटर ते। खबरां नाल जुड़े रहो दिन रात।